ਮੈਂ ਫਿਰ ਆ ਗਿਆ ਲੈ ਕੇ ਇੱਕ ਛੋਟੀ ਜਿਹੀ ਕਹਾਣੀ ਸਿਰਫ ਤੁਹਾਡੇ ਲਈ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ। ਇਹ ਕਿਸੇ ਨੇ ਸੱਚ ਆਖਿਆ ਹੈ, ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਏਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਏਗੀ। ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਉਂਦੀ, ਮੈਂ ਅਕਸਰ ਆਪਣੇ ਯਾਰਾਂ ਦੋਸਤਾਂ ਮਿੱਤਰਾਂ 'ਚ ਦੇਖਦਾ ਰਹਿੰਦਾ ਜਿਸ ਦਾ ਰੰਗ ਕਾਲਾ ਹੈ, ਉਸ ਦਾ ਮੈਨੂੰ ਕਾਲਾ ਕਿਉਂ ਬਣਾਇਆ ਰੱਬ ਨੇ ਬਈ, ਕਿਸ ਦਾ ਕੱਦ ਛੋਟਾ ਹੈ ਉਹ ਕਹਿੰਦਾ ਮੈਨੂੰ ਛੋਟਾ ਕਿਉਂ ਬਣਾਤਾ ਰੱਬ ਨੇ, ਕਿਸ ਦਾ ਕੱਦ ਲੰਬਾ ਉਹ ਕਹਿੰਦਾ ਮੈਨੂੰ ਸਾਰੇ ਲੰਬੂ ਲੰਬੂ ਕਹਿੰਦੇ ਆ। ਕਮਾਲ ਦੀ ਗੱਲ ਹੈ, ਜਿਹੋ ਜਿਹਾ ਪਰਮਾਤਮਾ ਨੇ ਸਾਨੂੰ ਇਸ ਦੁਨੀਆਂ ਦੇ ਉੱਤੇ ਭੇਜਿਆ ਹੈ ਉਹ ਸਾਡੇ ਜਨੈਟਿਕਸ 'ਤੇ ਡਿਪੈਂਡ ਕਰਦਾ ਹੈ, ਸਾਡੇ ਪੇਰੈਂਟਸ 'ਤੇ ਡਿਪੈਂਡ ਕਰਦਾ ਹੈ, ਤਾਂ ਹੀ ਸਾਡਾ ਕੱਦ ਕਾਠ ਅਤੇ ਸਾਡਾ ਮੁਹਾਂਦਰਾ ਸਾਡੇ ਪੇਰੈਂਟਸ ਦੇ ਉੱਤੇ ਜਾਂਦਾ ਹੈ, ਸਾਡੇ ਦਾਦੇ ਪੜਦਾਦੇ ਉੱਤੇ ਜਾਂਦਾ ਹੈ। ਇਹ ਸਾਰਾ ਜਨੈਟਿਕਸ ਅਤੇ DNA ਦਾ ਖੇਡ ਹੈ। ਆਓ ਇੱਕ ਛੋਟੀ ਜਿਹੀ ਕਹਾਣੀ ਦੇ ਵਿੱਚ ਆਪਾਂ ਇਹ ਕਲੀਅਰ ਕਰਦੇ ਹਾਂ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਪਿਆਰ ਕਰੀਏ ਬਈ, ਹੈ ਨਾ। ਆਪਾਂ ਨੂੰ ਪਰਮਾਤਮਾ ਨੇ ਦੁਨੀਆਂ ਦੇ ਉੱਤੇ ਜਿਸ ਤਰ੍ਹਾਂ ਭੇਜਿਆ ਬਸ ਵਧੀਆ ਪਰਫੈਕਟ ਅਤੇ A1 ਕਰਕੇ ਭੇਜਿਆ, ਕਿਉਂ ਨਾ ਆਓ ਆਪਾਂ ਇਸ ਜ਼ਿੰਦਗੀ ਦਾ ਆਨੰਦ ਲਈਏ। ਕਹਾਣੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ, ਇੱਕ ਵਾਰ ਇੱਕ ਕਾਂ ਤਲਾਬ ਦੇ ਉੱਤੇ ਪਾਣੀ ਪੀਣ ਆਉਂਦਾ ਹੈ। ਜਿਉਂ ਹੀ ਪਾਣੀ ਪੀਣ ਲੱਗਦਾ ਅਤੇ ਜਦੋਂ ਦੇਖਦਾ ਕਿ ਤਲਾਅ ਦੀ ਉੱਤੇ ਉਸਨੂੰ ਆਪਣਾ ਪਰਛਾਵਾਂ ਨਜ਼ਰ ਆਉਂਦਾ ਹੈ, ਆਪਣੀ ਸ਼ੈਡੋ ਨਜ਼ਰ ਆਉਂਦੀ ਹੈ, ਅਤੇ ਉਹ ਦੇਖ ਕੇ ਬੜਾ ਹੈਰਾਨ ਹੁੰਦਾ ਹੈ ਕਿ ਮੈਨੂੰ ਰੱਬ ਨੇ ਇੰਨਾ ਕਾਲਾ ਕਿਉਂ ਬਣਾਇਆ, ਅਤੇ ਤਿੱਖੀ ਜਿਹੀ ਚੁੰਝ ਹੈ, ਸਾਰਾ ਮੇਰਾ ਸਰੀਰ ਕਾਲਾ ਹੈ। ਉਹ ਦੂਰ ਉਸ ਤਲਾਬ ਦੇ ਵਿੱਚ ਇੱਕ ਬਤਕ ਨੂੰ ਤੈਰਦੀ ਹੋਈ ਨੂੰ ਦੇਖਦਾ ਹੈ, ਅਤੇ ਜਿਉਂ ਹੀ ਬਤਕ ਨੂੰ ਤੈਰਦੀ ਨੂੰ ਦੇਖਦਾ ਚਿੱਟੀ ਦੁੱਧ, ਆਹਾ ਕਹਿੰਦਾ ਕਮਾਲ ਹੈ, ਪਰਮਾਤਮਾ ਨੇ ਇਹਨੂੰ ਕਿੱਡਾ ਸੋਹਣਾ ਬਣਾਇਆ, ਚਿੱਟੀ ਦੁੱਧ ਹੈ, ਵਧੀਆ ਪਤਾ ਨਹੀਂ ਲੱਗਦੀ ਹੈ ਤੈਰਦੀ ਪਈ ਹੈ ਕਿ ਤੁਰਦੀ ਪਈ ਹੈ ਕਿ ਕਿਵੇਂ ਫਿਰਦੀ ਪਈ ਹੈ, ਉਹਦੀ ਚਾਲ ਦੇਖ ਕੇ ਬੜਾ ਖੁਸ਼ ਹੁੰਦਾ ਹੈ, ਅਤੇ ਪਰਮਾਤਮਾ ਨੂੰ ਕੋਸਦਾ ਪਿਆ ਕਿ ਰੱਬਾ ਤੂੰ ਮੈਨੂੰ ਕਾਲਾ ਕਿਉਂ ਬਣਾਇਆ, ਇਹਨੂੰ ਕਿੱਡਾ ਗੋਰਾ ਬਣਾਇਆ, ਇੱਕੋ ਰੰਗ ਦੀ ਬਣਾਈ ਆ, ਕਿੱਡੀ ਸੋਹਣੀ ਚੁੰਝ ਦੇਖੋ ਇਹਦੀ ਕਿੱਡੀ ਸੋਹਣੀ। ਜਾ ਕੇ ਬੱਤਕ ਭੈਣ ਜੀ ਨੂੰ ਪੁੱਛਦਾ, ਕਹਿੰਦਾ ਭੈਣ ਜੀ ਰੱਬ ਨੇ ਤੁਹਾਨੂੰ ਬੜਾ ਸੋਹਣਾ ਬਣਾਇਆ, ਤੁਸੀਂ ਤਾਂ ਬੜੇ ਖੁਸ਼ ਹੋਵੋਗੇ, ਤੁਸੀਂ ਆਪਣੇ ਆਪ 'ਚ ਬੜਾ ਆਨੰਦ ਮਹਿਸੂਸ ਕਰਦੇ ਪਿਓਗੇ, ਮੈਂ ਬੜਾ ਵਧੀਆ ਜਾਂ ਮੈਂ ਬੜੀ ਵਧੀਆ ਹੈਗੀ ਆ, ਹੈ ਨਾ। ਆਪਣੇ ਆਪ ਦੇ ਵਿੱਚ ਤੁਸੀਂ ਕਿੰਨੇ ਖੁਸ਼ ਹੁੰਦੇ ਹੋਗੇ ਮੈਨੂੰ ਦੱਸੋ। ਤਾਂ ਅੱਗੋਂ ਬੱਤਕ ਕਹਿੰਦੀ, ਵੇ ਵੀਰਾ ਕਾਵਾਂ, ਮੈਂ ਮੰਨਦੀ ਹਾਂ ਕਿ ਮੈਨੂੰ ਰੱਬ ਨੇ ਚਿੱਟੀ ਦੁੱਧ ਬਣਾਇਆ, ਤੈਨੂੰ ਕਾਲਾ ਬਣਾਇਆ, ਪਰ ਮੈਂ ਆਪਣੇ ਆਪ 'ਚ ਖੁਸ਼ ਨਹੀਂ ਹਾਂ, ਇੱਕੋ ਜਿਹਾ ਮੈਨੂੰ ਰੰਗ ਦਿੱਤਾ ਚਿੱਟਾ। ਦੇਖੋ ਸਕੂਲਾਂ ਦੇ ਵਿੱਚ ਜਦੋਂ ਚਿੱਟੀ ਡਰੈੱਸ ਪਾਉਣੀ ਸੀ ਨਾ, ਆਪਾਂ ਨੂੰ ਪਸੰਦ ਨਹੀਂ ਹੁੰਦੀ ਸੀ, ਤਾਂ ਦੇਖੋ ਇਸੇ ਤਰ੍ਹਾਂ ਹੀ ਪੰਛੀ ਜਾਨਵਰਾਂ ਨੂੰ ਹੈ। ਕਹਿੰਦੀ ਚਿੱਟਾ ਜਿਹਾ ਰੰਗ ਦਿੱਤਾ ਮੈਨੂੰ, ਮੈਂ ਤਾਂ ਆਪਣੇ ਆਪ 'ਚੋਂ ਆਪਣੇ ਆਪ ਨੂੰ ਕੋਸਦੀ ਰਹਿੰਦੀ ਹੈ, ਮੇਰੇ ਤੋਂ ਜ਼ਿਆਦਾ ਸੋਹਣਾ ਤਾਂ ਉਹ ਤੋਤਾ ਹੈ ਜਿਹੜਾ ਸਾਹਮਣੇ ਦਰਖਤ 'ਤੇ ਬੈਠਾ ਹੈ। ਤਾਂ ਲਓ ਜੀ, ਤਾਂ ਕਾਂ ਉੱਡਦਾ ਉੱਡਦਾ ਉਸ ਤੋਤੇ ਕੋਲ ਪਹੁੰਚ ਜਾਂਦਾ, ਅਤੇ ਤੋਤੇ ਨੂੰ ਜਾ ਕੇ ਪੁੱਛਦਾ, ਤੋਤਿਆ ਮਨਮੋਹਤਿਆ, ਤੇਰਾ ਰੰਗ ਐਡਾ ਸੋਹਣਾ ਹੈ, ਤੈਨੂੰ ਕਿੱਡੇ ਸੋਹਣੇ ਪਰ ਦਿੱਤੇ ਆ, ਤੇਰੀ ਚੁੰਝ ਕਿੱਡੀ ਲਾਲ ਸੁਰਖ ਹੈ, ਅਤੇ ਹਰ ਥਾਂ 'ਤੇ ਤੇਰੇ ਵੱਖਰੇ ਵੱਖਰੇ ਰੰਗ ਹੈ, ਕਦੇ ਕਦੇ ਕਾਲਾ ਨਜ਼ਰ ਆਉਂਦਾ, ਕਦੇ ਹਰਾ, ਕਦੇ ਲਾਲ, ਕਦੇ ਕਿਸ ਤਰ੍ਹਾਂ ਦਾ, ਤੇਰੀ ਬੜੀ ਟੋਰ ਆ ਬਈ, ਤੈਨੂੰ ਬਹੁਤ ਲੋਕ ਪਸੰਦ ਕਰਦੇ ਆ। ਪਰ ਤੋਤਾ ਵੀ ਅੱਗੋਂ ਉਦਾਸ ਜਾ ਹੋ ਕੇ ਕਹਿੰਦਾ, ਨਹੀਂ ਬਈ, ਮੈਂ ਆਪਣੇ ਆਪ 'ਚ ਸੈਟਿਸਫਾਈ ਨਹੀਂ ਹਾਂ, ਹਰ ਕੋਈ ਮੈਨੂੰ ਆ ਕੇ ਕਹਿੰਦਾ ਮਿੱਠੂ ਮਿੱਠੂ ਕਹਿੰਦਾ ਹੈ, ਮਿੱਠੂ ਚੂਰੀ ਖਾਣੀ ਹੈ, ਮਿੱਠੂ ਇਸ ਤਰ੍ਹਾਂ, ਮਿੱਠੂ, ਮੈਂ ਪਰੇਸ਼ਾਨ ਆ ਗਿਆ, ਕਹਿੰਦਾ ਮੈਂ ਤੰਗ ਆ ਗਿਆ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ, ਮੇਰੇ ਤੋਂ ਜ਼ਿਆਦਾ ਸੋਹਣਾ ਰੱਬ ਨੇ ਬਣਾਇਆ ਮੋਰ, ਉਹਦੇ ਸਾਹਮਣੇ ਚਿੜੀਆ ਘਰ, ਉਸ ਚਿੜੀਆ ਘਰ ਦੇ ਵਿੱਚ ਮੋਰ ਆ, ਉਹਦੇ ਕੋਲ ਰੰਗ ਬਿਰੰਗੇ ਉਹਦੇ ਜਿਹੜੇ ਪਰ ਹੈ, ਉਹਦੇ ਜਿਹੜੇ ਖੰਭ ਹੈ, ਲੋਕ ਘਰਾਂ ਵਿੱਚ ਸਜਾਉਂਦੇ ਆ ਉਹਦੇ ਖੰਭਾਂ ਨੂੰ, ਲੋਕ ਉਹਨਾਂ ਨਾਲ ਫੋਟੋਆਂ ਖਿਚਾਉਂਦੇ ਆ, ਮੇਰੇ ਨਾਲ ਕੌਣ ਖਿਚਾਉਂਦਾ। ਜਾ ਕੇ ਤੂੰ ਉਸ ਮੋਰ ਨੂੰ ਪਕੜ ਵੀ, ਮੋਰ ਬੜਾ ਖੁਸ਼ ਹੋਏਗਾ ਆਪਣੇ ਆਪ ਨੂੰ ਲੈ ਕੇ, ਆਪਣੀ ਸੁੰਦਰਤਾ ਦਾ ਇੱਕ ਨਮੂਨਾ ਉਹ ਮੋਰ। ਤਾਂ ਲਓ ਜੀ, ਕਾਂ ਉੱਡਦਾ 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 ਮੋਰ ਕੋਲ ਚਲਾ ਗਿਆ, ਜਦੋਂ ਮੋਰ ਕੋਲ ਜਾਂਦਾ ਤਾਂ ਦੇਖਦਾ ਕਿ ਸਾਰੇ ਬੱਚੇ ਸਕੂਲਾਂ ਦੇ ਉੱਥੇ ਪਹੁੰਚੇ ਹੋਏ ਸੀ ਚਿੜੀਆ ਘਰ ਦੇ ਵਿੱਚ ਉਸ ਮੋਰ ਨੂੰ ਦੇਖਣ ਦੇ ਲਈ, ਅਤੇ ਬੜਾ ਖੁਸ਼ ਹੋਇਆ ਕਾਂ। ਜਾ ਕੇ ਜਦੋਂ ਫ੍ਰੀ ਹੁੰਦਾ ਮੋਰ, ਜਦੋਂ ਜਾ ਕੇ ਦੇਖਦਾ ਹੈ ਉਹਨੂੰ, ਜਾ ਕਰਦਾ ਕਹਿੰਦਾ, ਮੋਰ ਭਾਜੀ ਤੁਸੀਂ ਬੜੇ ਸੋਹਣੇ ਹੋ, ਤੁਹਾਡੇ ਕਿੱਡੇ ਕਿੱਡੇ ਸੋਹਣੇ ਸੋਹਣੇ ਪਰ ਹੈ, ਤੁਹਾਡੀ ਚੁੰਝ ਕਿੱਡੀ ਸੋਹਣੀ ਹੈ, ਹਣਾ ਤੁਸੀਂ ਜਦੋਂ ਆਪਣੇ ਪਰਾਂ ਨੂੰ ਇਸ ਤਰ੍ਹਾਂ ਖਿਲਾਰਦੇ ਹੋ, ਕਿਉਂ ਬਹੁਤ ਹੈ, ਤੁਸੀਂ ਬਹੁਤ ਸੋਹਣੇ ਲੱਗਦੇ ਹੋ। ਅਤੇ ਅੱਗੋਂ ਮੋਰ ਦਾ ਕੀ ਰਿਪਲਾਈ ਸੀ ਤੁਸੀਂ ਗੈਸ ਕਰ ਸਕਦੇ ਹੋ? ਮੋਰ ਵੀ ਉਦਾਸ ਸੀ, ਮੋਰ ਵੀ ਕਹਿੰਦਾ, ਵੇ ਕਾਵਾਂ ਮੇਰੇ ਭਰਾਵਾਂ, ਮੈਂ ਮੰਨਦਾ ਕਿ ਮੇਰੇ 'ਚ ਬੜੇ ਵਧੀਆ ਵਧੀਆ ਰੰਗ ਹੈ, ਮੇਰੇ ਖੰਭ ਵਿਕਦੇ ਹੈ, ਮੈਨੂੰ ਬੜੇ ਲੋਕ ਪਸੰਦ ਕਰਦੇ ਹੈ, ਮੈਂ ਮੀਂਹ ਦੇ ਵਿੱਚ ਪਹਿਲਾਂ ਪਾਉਂਦਾ, ਮੈਂ ਨੱਚਦਾ ਗਾਉਂਦਾ, ਮੈਂ ਇਸ ਤਰ੍ਹਾਂ, ਮੇਰੇ ਲੋਕ ਮੇਰੇ ਨਾਲ ਸੈਲਫੀਆਂ ਕਰਦੇ ਆ, ਪਰ ਮੈਂ ਬੜਾ ਉਦਾਸ ਹੈ, ਮੈਂ ਬੜਾ ਪਰੇਸ਼ਾਨ ਹੈ। ਤੈਨੂੰ ਨਹੀਂ ਪਤਾ ਕਿ ਜਦੋਂ ਇਹ ਸ਼ਿਕਾਰੀ ਮੇਰਾ ਸ਼ਿਕਾਰ ਕਰਦੇ ਹੈ, ਖੰਭ ਉਤਾਰਦੇ ਹੈ, ਵੇਚਣ ਦੇ ਲਈ ਵੇਚਦੇ ਹੈ, ਮੈਂ ਇਹ ਜਸਟ ਇਹ ਕਹਿੰਦਾ, ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਮੋਰ ਦੀ ਜੂਨ ਦੇ ਵਿੱਚ ਕਿਉਂ ਆਇਆ, ਕਿਉਂ ਮੈਨੂੰ ਇਸ ਤਰ੍ਹਾਂ ਬਣਾਇਆ, ਕਿ ਸਭ ਤੋਂ ਵਧੀਆ ਤਾਂ ਮੈਂ ਤੈਨੂੰ ਸਮਝਦਾ ਵੇ ਮੇਰੇ ਕਾਵਾਂ ਭਰਾਵਾ, ਤੂੰ ਐਡਾ ਵਧੀਆ ਹੈਗਾ, ਜਿੱਥੇ ਬਨੇਰੇ 'ਤੇ ਜਾ ਕੇ ਬਹਿਣਾ ਲੋਕ ਤੈਨੂੰ ਕਹਿੰਦੇ, ਲੈ ਬਈ ਆ ਗਿਆ ਸੱਤਾ ਸਾਡੇ ਘਰੇ, ਕੋਈ ਰਿਸ਼ਤੇਦਾਰ ਆ ਰਿਹਾ, ਜਦੋਂ ਤੂੰ ਕਾਂ ਕਾਂ ਕਰਕੇ ਬੋਲਦਾ, ਤੂੰ ਖੁੱਲ੍ਹੇ ਆਸਮਾਨਾਂ 'ਚ ਫਿਰਦਾ, ਤੈਨੂੰ ਕੋਈ ਪਿੰਜਰੇ 'ਚ ਨਹੀਂ ਪਾਉਂਦਾ,
तेनू कोई बंदी नहीं बनांदा ते तू हर वेले आपदी मस्ती च फिरदा अपने रोले च फिरदा का का करदा सब पासे तू उड़दा फिरदा मैं तो रब अगे सोचता सी मैनू अगली जन्म विच जे तू उन्हें भेजना ना तो मैनू काम ना कि भेजी लो जी काम हूँ सोची पै जाता है कहता कमौल मैं बत्तख नूं सोना समझता सी मैं तोते नूं सोना समझता सी मैं मोर नूं सोना समझता सी ते ये तो सारी कहिंदे वी तू सोना बई ते कौ अपने वल वेख के कहता साडी भी कोई इज्जत है अपने उच महसूस करता बई लै बई वह उड़ता 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 उहदा नाल नाल परमात्मा के गुण गाता पिया तो उस परमात्मा का धन्यवाद करता पिया सच्चे पातशाह तू मैनू इस दुनिया से भेजा है आई एम द बेस्ट बस यही गल मैं दसना चाहना इस कहानी के असी हर थां तो अपने आप च परफेक्ट है अपने आप च बेस्ट है असी एवें झूरते रहने मेरा कद छोटा रह गया जी मेरा रंग काला हो गया जी मैनू कोई पसंद नहीं करता मेरे मम्मी पापा मेरे नाल नहीं रहते जब मैं पीजी च रहना जब होस्टल च रहना जो मैं पढ़ाई करता पाया तो मैं बड़ा बोर हो गया मेरी पढ़ाई बेकार है नहीं 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 ये एक दिन आके इंदा बड़ा वधिया फ्रूटफुल रिजल्ट निकलेगा तुहाडे सामने है मैं भी महसूस करता सी कि मेरे आ कमियां मेरे चार डेफिशिएंसियां ओ पर लेटर ऑन फ्यूचर दे विच ओ कमियां मेरियां एबिलिटीज बन गईयां मेरे गुण बन गए जिस करके मैनू कुछ ना कुछ तरक्की हासिल जिंदगी विच होई है बस फिर खुश रहो इंजॉय करो शीशे अगे खड़ के अपने आप नाल गल करके क्या करो साडी भी कोई इज्जत है बई असीं भी बड़े सोहणे बनाया रब ने सानू परमात्मा ने दिता साढ़े को सारा कुछ है आओ उसका शुक्र गुजार करिए थैंक यू करिए क्योंकि ये जिंदगी दोबारा नहीं मिलनी चाहिए बस इन्हीं गल मैं तो शेयर करना चाहता सी तुहानू गल चंगी लगी तो सारे दिनों शेयर करो जे तुसी साडे चैनल ते नवे आए हो तो लाल रंग का बटन प्रेस करके जरूर जाया जे तां जो लेटेस्ट वीडियो तुहाडे तक छेती पहुंच सके ते बैल वाले आइकन ते भी क्लिक करके जरूर जाया जे तुहाडा इन्ना निघा प्यार मैनू मिलिया मैं सारयां दा तह दिलों रिणी आ असीं इहो जिहे वीडियो बनांदे रहीए तां थैंक यू सत श्री अकाल।